ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਉਹਨਾਂ ਦੇ ਨਾਂ ਦੀ ਇੱਕ ਵਾਰੀ ਜ਼ੋਰਦਾਰ ਤਾੜੀ, ਉਹ ਗਲੇ ਦੀ ਟੋਨ, ਉਹ ਗਲਾ ਸ਼ਾਇਦ ਕਿਸੇ ਪੰਜਾਬੀ ਸਿੰਗਰ ਨੂੰ ਦੁਬਾਰਾ ਪਰਮਾਤਮਾ ਦੇ। ਸੋ ਉਹਨਾਂ ਨੂੰ ਯਾਦ ਕਰਦੇ ਹੋਏ ਦੋ ਲੈਣਾ ਮੈਂ ਉਹਨਾਂ ਦੀਆਂ ਬੋਲਦੇ ਹਾਂ। ਹਮੇਸ਼ਾ ਕੌਨਸਰਟਸ ਦੇ ਵਿੱਚ ਹਰ ਤਰ੍ਹਾਂ ਦਾ ਫਲੇਵਰ, ਹਰ ਤਰ੍ਹਾਂ ਦਾ ਰੰਗ ਤੁਹਾਡੀ ਨਜ਼ਰ ਕੀਤਾ ਜਾਵੇ। ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਭ ਨੂੰ ਤੁਹਾਡੇ ਨਾਲ ਮੈਂ ਜੁੜਿਆ ਰਹਾਂ। ਅੱਜ ਸੋਸ਼ਲ ਮੀਡੀਆ ਦਾ ਬੜਾ ਫਾਇਦਾ ਕਿ ਤੁਸੀਂ ਆਪਣੇ ਆਰਟਿਸਟ ਜਿਹਨੂੰ ਤੁਸੀਂ ਪਸੰਦ ਕਰਦੇ, ਕੀ ਗੱਲ ਕੋਈ ਉੱਧਰੋਂ ਫੜਾ ਦਿੰਦਾ, ਕੋਈ ਉੱਧਰ ਫੜਾ ਦਿੰਦਾ। It's a humble request. You know, I wish you can all get up and dance, but unfortunately the hall de vallo mainu khaas taur te keha gaya ji oh jehdi parchi si, the request to everybody to sit down please. Kam thoda ja aukha kyunki ਅੱਜ ਕੱਲ੍ਹ ਪੰਜਾਬੀ ਗਾਣੇ 'ਤੇ ਮਦਰਾਸੀ ਨੱਚੀ ਜਾਂਦੇ, ਪੰਜਾਬੀਆਂ ਨੂੰ ਕਹਿਣਗੇ ਬਹਿ ਜਾਓ ਕਹਿਣਾ ਜੀ, ਹੈ ਤਾਂ ਮੁਸ਼ਕਿਲ ਹੈ। ਇਨ ਸਪੈਸ਼ਲ ਹੈਲੋ ਟੂ ਜਿੰਦਰ ਢਿੱਲੋਂ ਕੈਮ ਐਂਡ ਹਰਪਾਲ ਗਿੱਲ, ਥੈਂਕ ਯੂ ਵੈਰੀ ਮੱਚ। ਤੁਹਾਨੂੰ ਵੀ ਬਹੁਤ ਧੰਨਵਾਦ ਤੁਹਾਡਾ। ਹੋਰ ਕੁਛ ਤਾਂ ਨਹੀਂ ਕਹਿਣਾ, ਮੈਂ ਮੇਰੀ ਤਾਂ ਇੱਛਾ ਸੀ ਕਿ ਤੁਸੀਂ ਨੱਚੋ, ਪਰ ਮਜਬੂਰੀ ਆ ਕਹਿੰਦੇ ਤੁਸੀਂ ਬੈਠ ਜਾਓ ਥੋੜ੍ਹੀ, ਕਿਉਂਕਿ ਹੁਣ ਗੱਲਾਂ ਹੋ ਰਹੀਆਂ ਭਿੱਜ ਗਈ ਕੋਠੀ ਨਾਲ, ਸਾਰੇ ਗਾਣੇ ਆਉਣੇ ਆ ਉਹਨਾਂ ਗਾਣਿਆਂ ਦੀ ਸ਼ੁਰੂਆਤ ਤੋਂ ਪਹਿਲਾਂ। ਸੋ ਮੈਂ ਵੈਰੀ ਸਪੈਸ਼ਲ ਪਰਸਨੈਲਿਟੀ, ਦ ਵਨ ਆਫ ਦਾ ਬੈਸਟ ਲੈਜੈਂਡਰੀ ਲਿਰਿਸਿਸਟ ਇਨ ਪੰਜਾਬੀ ਮਿਊਜ਼ਿਕ ਇੰਡਸਟਰੀ, ਜਿਹੜੇ ਪਿਛਲੇ ਤਕਰੀਬਨ ਜ਼ਿਆਦਾ ਨਹੀਂ ਤਾਂ ਤਕਰੀਬਨ ਪਿਛਲੇ 50 ਸਾਲਾਂ ਤੋਂ ਲਿਖ ਰਹੇ ਹੈਗੇ। ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਉਹ ਕੈਨੇਡਾ ਇਸ ਟੂਰ 'ਤੇ, ਇੰਗਲੈਂਡ UK ਦੇ ਟੂਰ 'ਤੇ ਆਉਣਾ ਉਹਨਾਂ ਨੇ ਮੰਨਿਆ, ਨਹੀਂ ਤਾਂ ਕੈਮਰੇ ਦੇ ਸਾਹਮਣੇ ਬਿਲਕੁਲ ਆਉਂਦੇ ਨਹੀਂ, ਨਾ ਸਟੇਜ 'ਤੇ ਆਉਂਦੇ ਆ, ਨਾ ਵੈਸੇ ਲੋਕਾਂ 'ਚ ਆਉਂਦੇ ਆ। ਵੈਰੀ ਰੇਅਰ, ਇੱਦਾਂ ਹੁੰਦਾ ਕਿ ਕੋਈ ਬੰਦਾ ਹਾਈਲਾਈਟ ਨਹੀਂ ਹੋਣਾ ਚਾਹੁੰਦਾ ਜੀ, ਪਰ ਅਮੇਜ਼ਿੰਗ ਵਰਕ ਹੀ ਇਜ਼ ਬੀਨ ਏਬਲ ਟੂ ਡੂ ਪਰਮਾਤਮਾ ਦੀ ਮਿਹਰ ਦੇ ਨਾਲ। ਉਹਨਾਂ ਦਾ ਸਭ ਤੋਂ ਪਹਿਲਾ ਗਾਣਾ ਰਿਕਾਰਡ ਹੋਇਆ ਸੀਗਾ 1966 ਦੇ ਵਿੱਚ, ਆ ਗਿਆ ਵਣਜਾ ਰਾਣੀ ਚੜ੍ਹਾ ਲਾ ਭਾਬੀ ਚੂੜੀਆਂ। ਅਤੇ ਅੱਜ ਉਹਨਾਂ ਦਾ ਗਾਣਾ ਜਿਹੜਾ 4 ਦਿਨ ਪਹਿਲਾਂ ਮੇਰੀ ਆਵਾਜ਼ ਦੇ ਵਿੱਚ ਰਿਲੀਜ਼ ਹੋਇਆ, ਉਹ ਹੈ ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਰਾਜੇ। ਸੋ ਮੇਰੇ ਬਹੁਤ ਹੀ ਸਤਿਕਾਰਯੋਗ, ਮੈਂ ਚਾਹਾਂਗਾ ਇੱਕ ਵਾਰੀ ਜ਼ੋਰਦਾਰ ਤਾੜੀ ਦੇ ਵਿੱਚ ਬਾਬੂ ਸਿੰਘ ਮਾਨ ਸਾਹਿਬ ਮਰਾੜਾ ਵਾਲਾ, ਇੱਕ ਮਿੰਟ ਮੈਂ ਤੁਹਾਡੇ ਰੂਬਰੂ ਕਰਦਾ, ਜ਼ਿਆਦਾ ਤੁਹਾਡਾ ਸਮਾਂ ਨਹੀਂ ਲੈਣਾ। ਬਾਬੂ ਸਿੰਘ ਮਾਨ ਮਰਾੜਾ ਵਾਲਾ, ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਆਮ ਤੌਰ 'ਤੇ ਜਿਹੜੀ ਚੀਜ਼ ਕਈ ਵਾਰੀ ਡਿਊ ਕ੍ਰੈਡਿਟ ਨੂੰ ਬੰਦੇ ਨੂੰ ਜਾਂਦਾ ਨਹੀਂ, ਜਿਨ੍ਹਾਂ ਦੀ ਉਹ ਚੀਜ਼ ਹੁੰਦੀ ਹੈ। ਆਮ ਤੌਰ 'ਤੇ ਸਭ ਲੋਕ ਸੋਚਦੇ ਆ ਕਿ ਜਿਹੜਾ ਗੀਤ ਛੱਲਾ ਹੈ, ਸੋਰੀ ਮੇਰਾ ਲੌਂਗ ਵਾਚ ਆ, ਉਹ ਪਾਕਿਸਤਾਨ ਦਾ ਜਾਂ ਉਹ ਪੰਜਾਬ ਦਾ ਕੋਈ ਪੁਰਾਣਾ ਫੋਕ ਸੌਂਗ ਹੈ, ਪਰ ਉਹ ਗਾਣਾ 1967 ਦੇ ਵਿੱਚ EMI ਕੰਪਨੀ ਦੇ ਵਿੱਚ ਰਿਕਾਰਡ ਹੋਇਆ ਸੀ, ਡਿਊਟ ਗਾਣਾ ਰਿਕਾਰਡ ਹੋਇਆ ਸੀ, ਮਾਨ ਸਾਹਿਬ ਦਾ ਲਿਖਿਆ ਹੋਇਆ, ਓਰਿਜਨਲੀ ਮਾਨ ਸਾਹਿਬ ਦਾ ਲਿਖਿਆ। ਔਰ
सुरेंद्र कौर के बोल से पंजाब की लैजेंडरी बहुत सत्कारयोग सुरेंद्र कौर के बोल सन कि पिछे पिछे आ मेरी भैन वेंद आई चेरे वाले ढूंढ के लेंगे मेरा लोक बच निगा मारदा आएंगे अगों उस ड्यूट के जवाब से वह ओ मामा सदीक साहब गाँवे ओरिजिनल जड़ा गाना तो सदीक साहब ये लाइना का जवाब की देंदे सी मान साहब की कलम के तू तो अख दिता लौंग लभ के ले आई तू तो अख दिता लौंग लभ के ले आई मैनू कख भी नजर ना आई नी कल ककरा सूफ दा भी धरती संभरदा आए आए धरती संभरदा जाए नी तेरा ककरा सूफ दा सो वन एंड ओनली बाबू सिंह मान जोरदार ताड़ियां नाल मान साहब दा मैं सामने बैठा सुन रहा सी प्रोग्राम तो मैं इस वास्ते स्टेज से आया सब हर बजे तो कहा कि हम इंजॉय बहुत सोहना हो रहा है जो मैं ना बोला तो अच्छी गल है पर जिस तरह हरभजन ने कहा कि मेरे 25 साल हो गए तो मैं याद कर रहा सा अपनी जिंदगी 8 अप्रैल 1964 मेरी पहली किताब गीता दी गीता का मणजारा मेरे 53 साल हो गए और सुरेंद्र कौर मोहम्मद रफी तो लेके जो पिछले 20 साल तो हरभजन साहब जो मेरी लिभ रही है बड़ी अच्छी रही है कोई जिंदगी का रंग छड़िया नहीं जिंदे ते गाना नहीं लिखा कोई तुसी लंदन के निवासी हो पंजाब के हुण तुसी प्रदेसी पंजाब के प्रवासी हो ता बड़े दर्द के गाने लिखे हरभजन ने भी गाना गाया सीगा कि असी कर कर चेते एक पल भी ना सुते जो जाती बारी दिल्ली के हवाई अड्डे उत्ते जान लगे रोए असी आन लगे रोए असी दोवे एक दूजे नाव लगे रोए कहते ये हाल होता सी परदेसिया का जो वलैत में तुरते सी भी चलना सजरी व्याई वे पल्ले पा गया जुदाई यह होंदा सी हाल कदी वे चलना सजरी व्याई पल्ले पा गया जुदाई चलना हीथरो हवाई अड्डे उत्ते जहाज तेरा चाल हथिया वे वीजा मुक गया वलैत दिया तेरा जला मेरा चाल हथिया वे वीजा मुक गया वलैत दिया तेरा अजला मेरा चाल हथिया सहुरे छड पेकिया का पिंड में मैं सहुरे पिंड आई हूँ यह सी कि इतने कमाने वास्ते आए थे पिछले कुड़ी बह के छे बेचारे छड पेकिया का पिंड में मैं सहुरे पिंड आई हूँ इतने भी पराई में मैं पेकी भी पराई तू तो इंग्लैंड चला गया छड पेकिया का पिंड में मैं सहुरे पिंड आई हूँ मैं इतने भी पराई उत्थे भी पराई मैं ही जानती हाँ किमें परदेसी दिल समझा रखिया वीजा बुक गया लै दिया तेरा भी अजला तेरा चाल अजला तेरा विचार मैं बहुत समा नहीं लैना चाहता पर पता की है मैं तुहानू खुश देख के और तुहाडी कामयाबी देख के और तुहाडे पैर इत्थे नहीं लगे तुसीं पंजाबियां दे भी पैर लवा दे कोई वक्त सीगा कि जो मैनू मैं पहले गल की तो यार मैं कि बोला मैं तो तू तो इन्ना सोहना गा रहा है क्योंकि गाने खंभ लग ही जाते जो इस तरह गाया जाता ना पर मैं यह गाना भी जो लिखे थोड़े से गाना लिखा सर मैं बच्चों का बड़ा मशहूर हाँ जिन्होंने हरभजन ने अपील की थी कि उन्होंने उस तो बाद चीका ले पा लिया बड़ा अच्छा गाना हूँ मैं हरभजन कह दिया कि उन्होंने भी पसंद ज्यादा हो क्योंकि नच रहे सो मैं थोड़ा समा लिया तो यह मैं दोस्तों गुस्ताखी की माफी चाहवागा मैं सीधा हाँ मैं ये लिखा सी थोड़े बारे कि तुम सोहने देश पंजाब की धरती से जाए तुम सोहने देश पंजाब की धरती से जाए और किरत कमावण वास्ते परदेसी आए बच्चों को कहना जो पुराने आए थे साढ़े बंदे जिस तरह
ਕਿਰਤ ਕਮਾਉਣ ਵਾਸਤੇ ਪਰਦੇਸੀ ਆਏ, ਤੁਸੀਂ ਹੱਥ ਨਹੀਂ ਅੱਡੇ, ਤੁਸੀਂ ਹੱਥ ਨਾ ਅੱਡੇ ਸੋਹਣੇ ਹੋ ਨਾ ਧੌਣ ਚੁਕਾਈ, ਤੁਸੀਂ ਹੱਥ ਨਹੀਂ ਅੱਡੇ ਸੋਹਣੇ ਹੋ